ਅੱਜ ਸਰਾਭਾ ਨਗਰ ਵਿਖੇ ਜਿੱਥੇ ਈਕੋ ਸਿੱਖ ਨੇ ਮਿਲਟਸ ਮਿਸ਼ਨ ਦਾ ਜਿਹੜਾ ਮਿਲਟਸ ਦੇ ਜਿਹੜੇ ਸਾਡੇ ਪੁਰਾਣੇ ਅਨਾਜ ਉਹਨਾਂ ਨੂੰ ਪ੍ਰਮੋਟ ਕਰਨ ਦਾ ਇੱਕ ਸਟਾਲ ਲਗਾਇਆ ਐਜ਼ ਅ ਮਿਲਟ ਮਿਸ਼ਨ। ਉੱਥੇ ਸਾਡੇ ਨਾਲ ਜੁੜੇ ਨੇ ਬੀਬੀ ਹਰਪ੍ਰੀਤ ਕੌਰ ਜੀ, ਜਿਨ੍ਹਾਂ ਨੇ ਤ੍ਰਿਪਤ ਔਰਗੈਨਿਕਸ ਦੇ ਨਾਮ 'ਤੇ ਮਿਲਟਸ ਦਾ ਜਿਹੜਾ ਆਪਣਾ ਬਿਜ਼ਨਸ ਸਟਾਰਟ ਕੀਤਾ। ਅਤੇ ਭੈਣ ਜੀ ਦੇ ਨਾਲ ਅਸੀਂ ਪਹਿਲਾਂ ਫਤਿਹ ਸਾਂਝ ਕਰਦੇ ਹਾਂ ਅਤੇ ਥੋੜ੍ਹੀ ਬਹੁਤ ਗੱਲ ਕਰਾਂਗੇ ਜਸਟ ਟੂ ਐਜੂਕੇਟ ਐਂਡ ਮੇਕ ਆਵਰ ਸੰਗਤ ਮੋਰ ਅਵੇਅਰ ਅਬਾਊਟ ਹਾਓ ਮਿਲਟਸ ਆਰ ਪ੍ਰੋਡਿਊਸ, ਹਾਓ ਦੇ ਆਰ ਹੈਲਪਫੁਲ ਫੋਰ ਦ ਹਿਊਮਨ ਹੈਲਥ, ਅਤੇ ਇਹਨਾਂ ਨੂੰ ਆਪਾਂ ਪ੍ਰਯੋਗ ਕਰਨਾ ਅਤੇ ਉਹ ਕਿਵੇਂ ਕਰਨਾ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਦੱਸੋ ਜੀ, ਤੁਸੀਂ ਮਿਲਟਸ ਦੇ ਵਿੱਚ ਸੰਗਤ ਦਾ ਕੀ ਫਾਇਦਾ ਦੇਖਦੇ ਹੋ ਹੈਲਥ ਪਰਸਪੈਕਟਿਵ ਤੋਂ? ਸੰਗਤ ਦਾ ਸਭ ਤੋਂ ਪਹਿਲੇ ਮੈਂ ਸ਼ੁਰੂ ਹੋਈ ਸੀ ਆਪਣੇ ਘਰ ਦੀ ਸਿਹਤ ਤੋਂ। ਸਾਨੂੰ ਵੀ ਲੱਗਦਾ ਸੀ ਵੀ ਕਣਕ ਤੇ ਚਾਵਲ ਤੋਂ ਅਲੱਗ ਕੁਝ ਖਾਣਾ ਚਾਹੀਦਾ ਹੈ, ਬਟ ਉਹ ਕੀ ਖਾਣਾ ਚਾਹੀਦਾ ਹੈ ਉੱਥੇ ਹੀ ਕੁਐਸਚਨ ਮਾਰਕ ਆ ਜਾਂਦਾ ਸੀ। ਬਟ ਪਿੱਛੇ ਜੇ ਮਿਲਟ ਅਵੇਅਰਨੈਸ ਹੋਈ, ਪਿਛਲੇ ਸਾਲ ਵੀ ਆਪਣਾ ਲੰਗਰ ਲੱਗਾ ਅਤੇ ਉਸ ਤੋਂ ਪਤਾ ਮਿਲਟਸ ਦੀ ਅਵੇਅਰਨੈਸ ਆਈ ਵੀ ਹਾਂ ਇਹ ਚੀਜ਼ਾਂ ਹੋਰ ਨੇ, ਇਹ ਆਪਸ਼ਨਸ ਨੇ ਸਾਡੇ ਲਈ। ਇਹਦੇ ਲਈ ਲਾਸਟ ਈਅਰ ਅਸੀਂ ਹੈਦਰਾਬਾਦ ਗਏ, ਉੱਥੇ ਇੰਡੀਅਨ ਇੰਸਟੀਚਿਊਟ ਆਫ ਮਿਲਟਸ 'ਚ ਗਏ, ਉੱਥੇ ਸਾਰੇ ਦੇਖਿਆ ਵੀ ਇਸ ਤੋਂ ਕੀ ਕੀ ਚੀਜ਼ਾਂ ਬਣ ਸਕਦੀਆਂ ਨੇ। ਅਤੇ ਉਹਦੇ ਜਿਹੜੀ ਮੈਨੂੰ ਉਹਨਾਂ ਦੀ ਬੈਸਟ ਪਾਰਟ ਲੱਗੀ, ਉਹਨਾਂ ਦਾ ਦੱਸਿਆ ਵੀ ਇੱਥੇ ਰਾਗੀ ਮਾਲਟ ਅਸੀਂ ਪੀਂਦੇ ਹਾਂ, ਬੱਚੇ ਤੋਂ ਲੈ ਕੇ ਅਸੀਂ 100 ਸਾਲ ਦੇ ਬਜ਼ੁਰਗ ਤੱਕ ਨੂੰ ਉਹ ਦੇ ਸਕਦੇ ਹਾਂ। ਵੈਸੇ ਰਾਗੀ ਦੀ ਡਾਈਜੈਸਟੀਬਿਲਟੀ 'ਚ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਥੋੜ੍ਹੀ ਹੈਵੀ ਹੁੰਦੀ ਹੈ, ਬਟ ਜਦੋਂ ਰਾਗੀ ਮਾਲਟ ਬਣਾ ਦਿੰਦੇ ਹਾਂ ਤਾਂ ਉਹਨੂੰ ਸਪਰਾਊਟ ਕਰਤਾ ਜਾਂਦਾ ਹੈ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਉਹ ਬੱਚੇ 6 ਮਹੀਨੇ ਦੇ ਬੱਚੇ ਤੋਂ 100 ਸਾਲ ਤੱਕ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਹੋ, ਉਹਦੇ ਡਾਈਜੈਸਟੀਬਿਲਟੀ ਦੀ ਪ੍ਰੋਬਲਮ ਨਹੀਂ ਹੈ। ਪਹਿਲੇ ਮੈਂ ਆਪਣੇ ਬੱਚਿਆਂ ਦੇ ਟਰਾਈ ਕੀਤਾ, ਜਦੋਂ ਉਹਨਾਂ ਨੇ ਪੀਣਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਿਆ ਵੀ ਹਾਂ ਸਭ ਸਾਡੇ ਘਰ। ਮੈਂ ਇਹ ਪੁੱਛਣਾ ਚਾਹੁੰਦਾ ਸੀ ਤੁਹਾਡੇ ਪਰਿਵਾਰ 'ਚ ਤੁਸੀਂ ਜਿਹੜੇ ਇਹ ਮਿਲਟਸ ਨੇ ਇਹ ਕਿਸ ਕਿਸ ਫਾਰਮ ਦੇ ਵਿੱਚ ਯੂਜ਼ ਕਰ ਰਹੇ ਹੋ? ਮਿੱਠਾ ਨੀ ਮੈਂ ਲੈ ਸਕਦੀ ਕਿਉਂਕਿ ਉਹ ਓਵਰਵੇਟ ਨੇ, ਤੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ, 450 ਤੋਂ ਅਬਵ ਸ਼ੂਗਰ ਸੀ। ਅੱਛਾ ਜੀ। ਤੇ ਉਹਨਾਂ ਨੇ ਜਦੋਂ ਰਾਗੀ ਯੂਜ਼ ਕੀਤਾ ਇਸ ਵੇਲੇ ਉਹ 130 ਹੈ। ਵਾਹ ਜੀ ਵਾਹ। ਸੋ ਰਾਗੀ ਯੂਜ਼ ਕਰਨ ਦੇ ਨਾਲ ਜਿਹੜੀ ਹੈ ਸ਼ੂਗਰ ਲੈਵਲ ਵੀ ਜਿਹੜੇ ਡਾਇਬੀਟਿਕ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਲਾਭ ਪਹੁੰਚਿਆ। ਤੇ ਤੁਸੀਂ ਹੁਣ ਇਸ ਬਿਜ਼ਨਸ ਦੇ ਅੰਡਰ ਕਿਹੜੇ ਕਿਹੜੇ ਪ੍ਰੋਡਕਟਸ ਨੇ ਜਿਹੜੇ ਉਹ ਦੁਨੀਆ ਤੱਕ ਲੈ ਕੇ ਜਾ ਰਹੇ, ਕਿਹੜੀ ਕਿਹੜੀ ਚੀਜ਼ ਦੀ ਸਪਲਾਈ ਕਰ ਰਹੇ ਹੋ? ਇਸ ਵੇਲੇ ਅਸੀਂ ਰਾਗੀ ਦਾ ਆਟਾ, ਰਾਗੀ ਫਲੋਰ, ਰਾਗੀ ਬਰਫੀ, ਜਵਾਰ ਦਾ ਆਟਾ, ਜਵਾਰ ਦਾ ਦਲੀਆ ਜਿਹਦੀ ਅਸੀਂ ਖਿਚੜੀ ਵੀ ਬਣਾ ਸਕਦੇ ਹਾਂ ਤੇ ਖੀਰ ਵੀ ਬਣਦੀ ਹੈ ਜਵਾਰ ਦੀ, ਉਹ ਬਣਾ ਰਹੇ ਹਾਂ। ਬਾਜਰਾ, ਬਾਜਰੇ ਦਾ ਆਟਾ ਬਣਾ ਰਹੇ ਹਾਂ, ਬਟ ਹੁਣ ਮੈਨੂੰ ਕਿਸੇ ਨੇ ਦੱਸਿਆ ਵੀ ਵੇਟ ਲੋਸ ਲਈ ਬਾਜਰੇ ਨੂੰ ਰੋਸਟ ਕਰਕੇ ਖਾਣਾ ਗੁੜ ਨਾਲ ਬਹੁਤ ਅੱਛਾ ਹੁੰਦਾ ਹੈ, ਉਹਦੇ 'ਚ ਆਇਰਨ ਬਹੁਤ ਹੁੰਦਾ ਹੈ। ਹੁਣ ਅਸੀਂ ਉਹਦੇ ਲਈ ਕੁਛ ਉਹ ਪ੍ਰੋਸੈਸ ਕਰ ਰਹੇ ਹਾਂ ਵੀ ਉਹਨੂੰ ਕਿਸ ਫਾਰਮ ਵਿੱਚ ਅਸੀਂ ਬੱਚਿਆਂ ਨੂੰ ਦੇ ਸਕੀਏ। ਬੱਚੇ ਕੁਰਕੁਰੇ ਖਾਂਦੇ ਨੇ, ਚਿਪਸ ਖਾਂਦੇ ਨੇ, ਤੇ ਅਸੀਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਈਏ। ਤੇ ਅਸੀਂ ਹੁਣ ਕਿਹੜੀਆਂ ਚੀਜ਼ਾਂ ਨੇ ਜੀ ਇਸ ਤੋਂ ਇਲਾਵਾ ਬਾਜਰੇ ਤੋਂ ਇਲਾਵਾ? ਅਸੀਂ 2 ਰਾਤ ਪਹਿਲੇ ਅਸੀਂ ਜਵਾਰ ਪਫਸ ਟਰਾਈ ਕੀਤੇ ਘਰ, ਜਿਵੇਂ ਅਸੀਂ ਪੌਪਕੋਰਨਸ ਬਣਾਉਂਦੇ ਹਾਂ ਐਵੇਂ ਅਸੀਂ ਜਵਾਰ ਦੇ ਕੌਰਨਸ ਬਣਾਏ। ਅੱਛਾ ਜੀ। ਤੇ ਉਹ ਵੀ ਬੜੇ ਅੱਛੇ ਹੋਏ, ਬਟ ਹੁਣ ਉਹਨਾਂ ਦੀ ਪੈਕਿੰਗ ਦਾ ਤੇ ਉਹ ਸਾਰਾ ਹਲੇ ਮੈਂ ਆਪ ਸਿੱਖਾਂਗੀ ਤੇ ਉਹਨੂੰ ਅਸੀਂ ਲਿਆਉਣ ਦੀ ਸੋਚ ਰਹੇ ਹਾਂ। ਔਰ ਫੌਕਸਟੇਲ ਮਿਲਟ ਹੈ, ਕੰਗਣੀ ਹੈ ਜਿਹੜੀ, ਉਹਦੀ ਖਿਚੜੀ ਸਾਡੀ ਫੈਮਿਲੀ ਰੈਗੂਲਰ ਖਾਂਦੀ ਹੈ। ਇਹ ਤੁਸੀਂ ਕੀ ਰਿਕਮੈਂਡ ਕਰਦੇ ਹੋ, ਕਿਉਂਕਿ ਬਿਲਕੁਲ ਨਵੀਂ ਚੀਜ਼, ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਲੋਕ ਇਹਨੂੰ ਭੁੱਲ ਚੁੱਕੇ ਆ, ਅਸੀਂ ਵਿਸਾਰ ਚੁੱਕੇ ਹਾਂ ਆਪਣੇ ਪੁਰਾਣੇ ਅਨਾਜ। ਇਹ ਹਫਤੇ 'ਚ ਕਿੰਨੀ ਵਾਰੀ ਤੁਸੀਂ ਖਾ ਰਹੇ ਹੋ? ਅਸੀਂ ਤੇ ਹਫਤੇ ਜਦੋਂ ਸਾਡੇ ਬੱਚੇ ਕਦੀ ਰਾਤ ਵੇਲੇ ਚਾਵਲਾਂ ਦੀ ਡਿਮਾਂਡ ਕਰਦੇ ਨੇ ਤੇ ਅਸੀਂ ਉਹਨੂੰ ਪ੍ਰੈਫਰ ਨਾ ਕਰਕੇ ਅਸੀਂ ਇਹਦਾ ਫੌਕਸਟੇਲ ਮਿਲਟ ਦਾ ਪੁਲਾਓ ਬਣਾ ਕੇ ਉਹਨਾਂ ਨੂੰ ਦਿੰਦੇ ਹਾਂ ਵੀ ਤੁਸੀਂ ਇਹ ਖਾਓ ਰਾਤੀ। ਸੋ ਜਿਵੇਂ ਲੋਕ ਅੱਜ ਕੱਲ੍ਹ ਕਿਨੋਆ ਖਾ ਰਹੇ ਚਾਵਲ ਦੀ ਰਿਪਲੇਸਮੈਂਟ, ਉਵੇਂ ਕੋਈ ਵੀ ਇਦਾਂ ਦੇ ਜਿਹੜੇ ਮਿਲਟਸ ਨੇ ਉਹ ਯੂਜ਼ ਕੀਤੇ ਜਾ ਸਕਦੇ ਐਜ਼ ਅ ਰਾਈਸ ਆਪਸ਼ਨ? ਕੀਤੇ ਜਾ ਸਕਦੇ ਨੇ। ਹੁਣ ਫੌਕਸਟੇਲ ਮਿਲਟ ਹੈ ਜਿਹੜੀ ਅਸੀਂ ਸਰਦੀਆਂ 'ਚ ਯੂਜ਼ ਕਰਦੇ ਹਾਂ, ਤੇ ਐਵੇਂ ਹੀ ਹੁਣ ਸਾਡੇ ਰਾਮ ਬਾਬੂ ਜੀ ਨੇ ਜਿਨ੍ਹਾਂ ਤੋਂ ਮੈਂ ਲਾਸਟ ਈਅਰ ਇਹਦੀ ਅਵੇਅਰਨੈਸ ਲਈ ਸੀ ਮਿਲਟਸ ਦੀ, ਖੇਤੀ ਵਿਰਾਸਤ ਦੇ ਅੰਡਰ, ਤੇ ਹੁਣ ਉਹ ਆ ਰਹੇ ਨੇ। ਹੁਣ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਵੀ ਗਰਮੀਆਂ 'ਚ ਅਸੀਂ ਕਿਹੜਾ ਯੂਜ਼ ਕਰਾਂਗੇ ਮਿਲਟ, ਤੇ ਮੈਂ ਇਸ ਵਾਰੀ ਉਹਨਾਂ ਤੋਂ ਕਾਫੀ ਕੁਝ ਸਿੱਖਣ ਦੀ ਉਹਦੇ 'ਚ ਆ ਵੀ ਮੈਂ ਸਿੱਖਾਂਗੀ। ਤੇ ਹੁਣ ਉਹਨਾਂ ਦਾ ਫੈਸਟੀਵਲ ਲੱਗਣਾ ਮਿਲਟ ਫੈਸਟੀਵਲ ਚੰਡੀਗੜ੍ਹ 'ਚ,
ਤੇ ਉਸ ਤੋਂ ਬਾਅਦ ਮੈਂ ਰਾਮ ਬਾਬੂ ਜੀ ਨਾਲ ਮੀਟਿੰਗ ਕਰਕੇ ਮੈਂ ਹਲੇ ਆਪ ਪਹਿਲੇ ਕਲੈਰਿਟੀ ਲਾਂਗੀ, ਫਿਰ ਮੈਂ ਉਹਨੂੰ ਪ੍ਰਮੋਟ ਕਰਨ ਦੇ ਉਹਦੇ ਤੇ ਆਵਾਂਗੀ। ਸੋ ਲੁਧਿਆਣੇ ਵਿੱਚ ਜਿਵੇਂ ਪਹਿਲਾਂ ਆਪਣੇ ਕੋਲ ਖੇਤੀ ਵਿਰਾਸਤ ਮਿਸ਼ਨ ਦੀ ਕੁਦਰਤ ਹਾਟ ਸੀਗੀ, ਉਸ ਤੋਂ ਬਾਅਦ ਇੱਕ ਸਾਡੇ ਕੋਲ ਸਟਾਲ ਹੁਣ ਰੱਖ ਬਾਗ ਲੱਗਦਾ ਦਿਲਵੀਰ ਫਾਊਂਡੇਸ਼ਨ ਵੱਲੋਂ, ਅਤੇ ਤੀਸਰਾ ਹੁਣ ਤ੍ਰਿਪਤ ਔਰਗੈਨਿਕਸ ਜਿਹੜੇ ਅਸੀਂ ਨਾਲ ਇਹਨਾਂ ਦੇ ਜੁੜੇ ਹਾਂ। ਅਤੇ ਸਾਨੂੰ ਉਮੀਦ ਹੈ ਕਿ ਸੰਗਤ ਤੱਕ ਜਿਹੜੀ ਚੀਜ਼ ਦੀ ਕਮੀ ਇਸ ਟਾਈਮ ਸਪਲਾਈ ਦੀ ਸਭ ਤੋਂ ਵੱਡੀ ਜਿਹੜੀ ਕਮੀ ਹੈ, ਅਤੇ ਲੋਕਾਂ ਨੂੰ ਅਵੇਅਰਨੈਸ ਘੱਟ ਹੈ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਵਰਤੀਏ ਕਿਵੇਂ, ਇਹਨਾਂ ਦੇ ਫਾਇਦੇ ਕੀ ਨੇ, ਜਿਹੜੇ ਡਾਇਟੀਸ਼ੀਅਨਸ ਅੱਜ ਕੱਲ੍ਹ ਦੱਸ ਰਹੇ ਨੇ। ਸੋ ਸਾਰੇ ਡਾਇਟੀਸ਼ੀਅਨਸ ਨੂੰ, ਡਾਕਟਰਸ ਨੂੰ ਅਤੇ ਹੋਰ ਵੀ ਜਿਹੜੇ ਲੋਕ ਚਾਹਵਾਨ ਨੇ ਜਾਂ ਨੀਡੀ ਨੇ, ਉਹ ਤ੍ਰਿਪਤ ਔਰਗੈਨਿਕਸ ਜਿਹੜਾ ਕਿ ਨੰਬਰ ਸਕਰੀਨ ਦੇ ਉੱਤੇ ਦਿੱਤਾ ਗਿਆ, ਇੱਥੇ ਕੋਂਟੈਕਟ ਕਰਕੇ ਜਿਹੜੇ ਵੀ ਮਿਲਟਸ ਸਾਨੂੰ ਚਾਹੀਦੇ ਨੇ ਤੁਸੀਂ ਇਹਨਾਂ ਤੋਂ ਸਪਲਾਈ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।